अजे तेरी उम्र छोटी है, तेनू लोका बारे बहुता पता नहीं। छोटी वड्डी उम्र दियां गल्लां छड्डो। पावेल ने रेबण दे सामने आन के रुकते होया गंभीरता नाल आख्या, आओ वेखिए बई विचार किते ठीक ने। सो तेरा विचार है भी ओ सानू रब बारे भी उल्लू बनाउंदे रहे ने। मेरा भी यह ख्याल है साडा मजहब गलत है। ਇੱਥੇ ਮਾਂ ਨੇ ਦਖਲ ਦਿੱਤਾ। ਜਦੋਂ ਕਦੀ ਉਹਦਾ ਪੁੱਤਰ ਰੱਬ ਬਾਰੇ ਅਤੇ ਉਹਦੇ ਵਿੱਚ ਮਾਂ ਦੇ ਯਕੀਨ ਬਾਰੇ ਗੱਲ ਕਰਦਾ, ਜਿਹੜੇ ਯਕੀਨ ਨੂੰ ਉਹ ਬਹੁਤ ਪਿਆਰਾ ਅਤੇ ਮੁਕੱਦਸ ਸਮਝਦੀ ਸੀ, ਤਾਂ ਉਹਦਾ ਧਿਆਨ ਕਿਸੇ ਦੂਜੇ ਪਾਸੇ ਖਿੱਚਣ ਦਾ ਯਤਨ ਕਰਦੀ ਸੀ। ਚੁੱਪ ਚੁੱਪੀ ਅਤੇ ਉਹਦੀਆਂ ਮਿੰਨਤਾਂ ਕਰਦੀ ਬਈ ਉਹ ਕੁਫਰ ਦੇ ਤਿੱਖੇ ਬੋਲਾਂ ਨਾਲ ਉਹਦਾ ਦਿਲ ਨਾ ਦੁਖਾਏ। ਪਰ ਉਹਦੀ ਯਕੀਨ ਵੀ ਹੋਣ ਕੀ ਪਿੱਛੇ ਉਹਨੂੰ ਇੱਕ ਐਤਬਾਰ ਜਿਹਾ ਦਿਸਦਾ, ਜਿਹਦੇ ਨਾਲ ਉਹਨੂੰ ਤਸੱਲੀ ਜਿਹੀ ਹੋ ਜਾਂਦੀ। ਮੈਂ ਉਹਦੇ ਵਿਚਾਰ ਕਿਵੇਂ ਸਮਝ ਸਕਦੀ ਹਾਂ, ਉਹ ਸੋਚਣ ਲੱਗ ਪੈਂਦੀ। ਉਹਦਾ ਖਿਆਲ ਸੀ ਕਿ ਇਸ ਅੱਤਖੜ ਬੰਦੇ ਨੂੰ ਵੀ ਉਹਦੇ ਪੁੱਤਰ ਦੀ ਗੱਲ ਉਨੀ ਮਾੜੀ ਲੱਗੇਗੀ, ਪਰ ਜਦੋਂ ਰੇਬਨ ਨੇ ਸਕੂਨ ਨਾਲ ਪਾਵੇਲ ਕੋਲੋਂ ਇਹ ਸਵਾਲ ਪੁੱਛਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਉਹਨੇ ਥੋੜ੍ਹੇ ਹੀ ਲਫ਼ਜ਼ਾਂ ਵਿੱਚ ਪਰ ਵੱਡੇ ਵਿਸ਼ਵਾਸ ਨਾਲ ਆਖਿਆ, ਜਦੋਂ ਰੱਬ ਦੀ ਗੱਲ ਆਵੇ ਜ਼ਰਾ ਸੋਚ ਸਮਝ ਕੇ ਬੋਲਿਆ ਕਰੋ। ਡੂੰਘਾ ਸਾਹ ਭਰਿਆ ਤੇ ਵਧੇਰੇ ਜੋਸ਼ ਨਾਲ ਗੱਲ ਟੋਰੀ ਰੱਖੀ। ਤੁਸੀਂ ਭਾਵੇਂ ਕੁਝ ਪਏ ਸੋਚੋ, ਪਰ ਜੇਕਰ ਤੁਸੀਂ ਰੱਬ ਗਵਾ ਲਿਆ ਤਾਂ ਮੇਰੇ ਲਈ ਇੱਕ ਬੁੱਢੜੀ ਜ਼ਨਾਨੀ ਲਈ ਗਮਾਂ ਤੇ ਫਿਕਰਾਂ ਵਿੱਚ ਕੋਈ ਸਹਾਰਾ ਨਹੀਂ ਰਹੇਗਾ। ਉਹਦੀਆਂ ਅੱਖਾਂ ਭਰ ਆਈਆਂ ਤੇ ਭਾਂਡੇ ਧੋਂਦਿਆਂ ਉਹਦੀਆਂ ਉਂਗਲਾਂ ਕੰਬਣ ਲੱਗ ਪਈਆਂ। ਨਹੀਂ ਮਾਂ, ਤੂੰ ਸਾਡੀ ਗੱਲ ਨਹੀਂ ਸਮਝੀ, ਪਾਵੇਲ ਨੇ ਨਰਮੀ ਨਾਲ ਆਖਿਆ। ਓਏ ਮਾਫ ਕਰੀ ਮਾਂ, ਰੇਬਨ ਨੇ ਆਪਣੀ ਡੂੰਘੀ ਮੱਧਮ ਆਵਾਜ਼ ਵਿੱਚ ਆਖਿਆ। ਉਹ ਮਾੜਾ ਜਿਹਾ ਹੱਸਿਆ ਤੇ ਪਾਵੇਲ ਵੱਲ ਵੇਖਿਆ। ਮੈਂ ਤਾਂ ਭੁੱਲੀ ਗਿਆ ਸਰ, ਤੇਰੀ ਉਮਰ ਵਿੱਚ ਪੱਕੀਆਂ ਰਸੌਲੀਆਂ ਨਹੀਂ ਨਿਕਲਦੀਆਂ। ਮੈਂ ਉਸ ਮਿਹਰਬਾਨ ਤੇ ਤਰਸ ਖਾਣ ਵਾਲੇ ਰੱਬ ਦੀ ਗੱਲ ਨਹੀਂ ਸਾਂ ਕਰ ਰਿਹਾ ਜਿਹਦੇ ਤੇ ਤੇਰਾ ਇਮਾਨ। ਪਾਵੇਲ ਨੇ ਗੱਲ ਟੋਰੀ ਰੱਖੀ। ਸਗੋਂ ਉਸ ਰੱਬ ਦੀ ਜਿੱਥੇ ਡਰਾਵੇ ਸਾਨੂੰ ਪਾਦਰੀ ਦਿੰਦੇ ਰਹਿੰਦੇ ਨੇ, ਜਿਵੇਂ ਉਹ ਕੋਈ ਮਤੈਰ ਹੋਵੇ। ਉਸ ਰੱਬ ਦੇ ਨਾਂ 'ਤੇ ਉਹ ਸਭਨਾਂ ਲੋਕਾਂ ਨੂੰ ਕੁਛ ਥੋੜ੍ਹੇ ਜਿਹੇ ਪੈੜਿਆਂ ਰੀਝਾਂ ਸਤਰਾਂ ਵਾਲੇ ਬੰਦਿਆਂ ਅੱਗੇ ਚੁੱਕਣ ਲਈ ਮਜਬੂਰ ਕਰਦੇ ਨੇ। ਇਹੋ ਹੀ ਤਾਂ ਗੱਲ ਏ। ਰੇਬਨ ਨੇ ਮੇਜ਼ ਉੱਤੇ ਮੁੱਕਾ ਮਾਰਦੇ ਹੋਇਆ ਪੁਸ਼ਤੀ ਕੀਤੀ। ਉਹਨਾਂ ਸਾਡੇ ਸਿਰ ਇੱਕ ਝੂਠਾ ਰੱਬ ਮਰ ਦਿੱਤਾ ਹੈ। ਜੋ ਕੁਝ ਉਹਨਾਂ ਦੇ ਹੱਥ ਆਵੇ ਉਹਨੂੰ ਹਥਿਆਰ ਬਣਾ ਕੇ ਸਾਡਾ ਮੁਕਾਬਲਾ ਕਰਦੇ ਨੇ। ਜ਼ਰਾ ਸੋਚ ਮਾਰ, ਰੱਬ ਨੇ ਬੰਦੇ ਨੂੰ ਆਪਣੇ ਨਕਸ਼ੇ 'ਤੇ ਉਸਾਰਿਆ ਹੈ। ਇਹਦਾ ਮਤਲਬ ਹੈ ਉਹਦਾ ਮੁਹਾਂਦਰਾ ਬੰਦੇ ਵਰਗਾ ਹੀ ਹੈ ਜਾਂ ਬੰਦੇ ਦਾ ਮੁਹਾਂਦਰਾ ਰੱਬ ਜਿਹਾ ਹੈ। ਪਰ ਅਸੀਂ ਦੇਵਤਿਆਂ ਤੋਂ ਵੱਧ ਜੰਗਲੀ ਜਨੌਰਾਂ ਨਾਲ ਰਲਦੇ ਮਿਲਦੇ ਹਾਂ। ਗਿਰਜੇ ਵਿੱਚ ਸਾਨੂੰ ਡਰਾਇਆ ਜਾਂਦਾ ਮਾਂ, ਸਾਨੂੰ ਆਪਣਾ ਰੱਬ ਵੀ ਬਦਲਣਾ ਪਏਗਾ, ਉਹਨੂੰ ਵੀ ਸਾਫ ਕਰਨਾ ਪਏਗਾ। ਉਹਨਾਂ ਨੇ ਉਹਦੇ 'ਤੇ ਝੂਠ ਦੀ ਪੁਸ਼ਾਕ ਪਾ ਦਿੱਤੀ ਹੈ, ਸਾਡੀਆਂ ਰੂਹਾਂ ਮਾਰਨ ਲਈ ਉਹਦਾ ਮਹਾਂਦਰਾ ਵਿਗਾੜ ਦਿੱਤਾ ਹੈ। ਉਹ ਨਰਮੀ ਨਾਲ ਬੋਲ ਰਿਹਾ ਸੀ, ਪਰ ਮਾਂ ਲਈ ਉਹਦਾ ਹਰ ਲਫ਼ਜ਼ ਚੱਕਰਾ ਦੇਣ ਵਾਲੀ ਸੱਟ ਸੀ। ਉਹਦੇ ਦਾੜੀ ਵਾਲੇ ਕਾਲੇ ਚੌਕਟੇ ਵਿੱਚ ਜਿਹੜਾ ਉਹਦਾ ਵੱਡਾ ਸਾਰਾ ਮੂੰਝਿਆ ਮੂੰਹ ਸੀ, ਉਹ ਮਾਂ ਨੂੰ ਡਰਾ ਰਿਹਾ ਸੀ। ਉਹਦੀਆਂ ਅੱਖਾਂ ਦੀ ਕਾਲੀ ਚਮਕ ਚੜ ਨਾ ਸਕੀ, ਜਿਹਦੇ ਨਾਲ ਉਹਦੇ ਦਿਲ ਵਿੱਚੋਂ ਡਰ ਮਾਰੀ ਇੱਕ ਟੀਸ ਉੱਠੀ। ਮੈਂ ਇੱਥੋਂ ਤੁਰ ਜਾਵਾਂਗੀ, ਉਹਨੇ ਆਪਣਾ ਸਿਰ ਹਿਲਾਉਂਦਿਆਂ ਹੋਇਆ ਆਖਿਆ। ਇਹੋ ਜਿਹੀਆਂ ਗੱਲਾਂ ਸੁਣਨਾ ਮੇਰੀ ਹਿੰਮਤ ਤੋਂ ਬਾਹਰ ਹੈ। ਕਾਲੀ ਕਾਲੀ ਉਹ ਰਸੋਈ ਵਿੱਚ ਚਲੀ ਗਈ। ਉਹਦੇ ਮਗਰ ਰੇਬਨ ਨੇ ਕਿਹਾ, ਵੇਖਿਆ ਹੀ ਪਾਵੇਲ,
सब कुछ दा मरकज दिमाग नहीं सगों मन ने बंदे दी रूह विच एदी बड़ी उचेचा थाएं तो थे होर कुछ नहीं उग सकता। छड़ी मंतक ही बंदे नू आजाद कर सकती है। पावेल ने दृढ़ता नाल आख्या, मंतक उन्हों ताकत नहीं देंदी। रिबन ने उच्ची आवाज विच जिद की थी, मन उन्हों ताकत देंदा दिमाग नहीं। मां ने कपड़े लाए थे, दुआ किते बिना ही लम्मी पै गई। उन्हों ठंड पे लगती सी, नाले उत्तुकी सी। रिबन उन्हों स्याणा बंदा चापिया सी, ते पहला मां नू चंगा लगा सी, पर उन्होंने मां अंदर एक दुखी जज्बा जगा दिता सी। काफर बागी। उन्हें उदी आवाज सुनते हुए सोचा, ओदे इत्थे आए बगैर की थोड़े आया सी। पर रेबन सकून परे धर्म नाल बोलता लगा गया, मुकद्दस थावां वेलियां नहीं छड़िया जा सकतियां। बंदियां दे दिल विच रब नू जिहड़ी थां लभी होई है वो सब तो वध कोमल है। जेकर तुसी उहनू वढ दिओ तां पिछे बहुत वड्डा फट रह जाएगा। पवेल इक नवा मजहब खड़ा करना पवेगा। एक अजिहा रब सरजना पवेगा जिहड़ा बंदियां दा दोस्त होवे। ਇਹ ਹੋ ਤਾਂ ਗੱਲ ਏ। ਈਸਾ ਵੀ ਤਾਂ ਸੀ, ਪਾਵੇਲ ਬੋਲਿਆ। ਈਸਾ ਕਮਜ਼ੋਰ ਸੀ, ਮਾਂ ਦੀ ਅਗਲੀ ਕਿਸ਼ਤ ਵਿੱਚ ਰੇਬਨ ਅਤੇ ਪਾਵੇਲ ਦੀ ਪੁਰਾਣੇ ਅਕੀਦਿਆਂ ਬਾਰੇ ਹੋ ਰਹੀ ਬਹਿਸ ਜ਼ੋਰ ਫੜ ਜਾਵੇਗੀ। ਸ਼ਬਦ ਮੰਤਕ ਏ। ਇੰਜੀ ਸਹੀ ਤਾਂ ਰੱਬ ਦਿਲ ਵਿੱਚ ਏ ਤੇ ਮੰਤਕ ਵਿੱਚ, ਪਰ ਗਿਰਜੇ ਵਿੱਚ ਨਹੀਂ। ਗਿਰਜਾ ਤੇ ਰੱਬ ਦਾ ਮਕਬਰਾ ਹੈ। ਇਹ ਗੱਲਬਾਤ ਮਾਂ ਦੇ ਵਿਚਾਰਾਂ ਉੱਤੇ ਕੀ ਅਸਰ ਪਾਵੇਗੀ, ਜਾਣਨ ਲਈ ਸੁਣੋ ਅਗਲੀ ਕਿਸ਼ਤ।